ਜੀਓਗ੍ਰਾਫਿਕ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ। ਬਰਤਾਨੀਆ ਦੇ ਤਖਤ ਤੇ ਬਿਰਾਜਮਾਨ ਹੋ ਗਿਆ ਇੱਕ ਪੰਜਾਬੀ। ਹਾਂ, ਉਸੇ ਥਾਂ ਤੇ ਉਸੇ ਸ਼ਹਿਰ ਦਾ ਜਿੱਥੋਂ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਗੁਜਰਾਂਵਾਲਾ ਤੇ ਗੁਜਰਾਂਵਾਲਾ ਦੀ ਮਿੱਟੀ ਦਾ ਖਮੀਰ ਰਿਸ਼ੀ ਸੁਨਾਕ। ਰਿਸ਼ੀ ਸੁਨਾਕ ਜੀ ਦਾ ਜਨਮ 12 ਮਈ ਸੰਨ 1980 ਨੂੰ ਹੋਇਆ। ਇਹਨਾਂ ਜ਼ਿੰਦਗੀ ਵਿੱਚ ਬਹੁਤ ਮਿਹਨਤ ਔਰ ਦਿਲ ਲਾ ਕੇ ਤਾਲੀਮ ਹਾਸਿਲ ਕੀਤੀ। ਰਿਸ਼ੀ ਸੁਨਾਕ ਜੀ ਦਾ ਬਾਪ ਇੱਕ ਡਾਕਟਰ ਸੀ ਤੇ ਮਾਂ ਇੱਕ ਫਾਰਮਾਸਿਸਟ ਸੀ। ਨਿੱਕੇ ਹੁੰਦਿਆਂ ਤੋਂ ਹੀ ਰਿਸ਼ੀ ਸੁਨਾਕ ਜੀ ਆਪਣੀ ਮਾਂ ਦੀ ਦਵਾਈਆਂ ਵਾਲੀ ਦੁਕਾਨ ਤੇ ਕੰਮ ਕਰਦੇ ਤੇ ਉਹਨਾਂ ਦਾ ਹੱਥ ਵੰਡਾਉਂਦੇ ਸਨ। ਇਹਨਾਂ ਆਪਣੀ ਪੜ੍ਹਾਈ UK ਯਾਨੀ ਬਰਤਾਨੀਆ ਤੋਂ ਹੀ ਸ਼ੁਰੂ ਕੀਤੀ ਤੇ ਵੈਂਚੈਸਟਰ ਕਾਲਜ ਵਿੱਚ ਪੜ੍ਹਦੇ ਰਹੇ। ਤਾਂ ਬਾਅਦ ਵਿੱਚ ਲੰਕਨ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੰਨ 2001 ਤੋਂ ਸੰਨ 2006 ਦੇ ਵਿੱਚ। ਫਿਰ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਸਟੈਨਫੋਰਡ ਯੂਨੀਵਰਸਿਟੀ ਤੋਂ MBA ਦੀ ਡਿਗਰੀ ਲਿੱਤੀ। ਇਸੇ ਯੂਨੀਵਰਸਿਟੀ ਵਿੱਚ ਉਹਨਾਂ ਦੀ ਮੁਲਾਕਾਤ ਇਕਸ਼ਤਾ ਮੂਰਤੀ ਨਾਲ ਹੋਈ। ਬਾਅਦ ਵਿੱਚ ਸ਼ਾਦੀ ਵੀ ਇਸੇ ਦੇ ਨਾਲ ਹੀ ਕੀਤੀ। ਇਕਸ਼ਤਾ ਮੂਰਤੀ ਨਾਰਾਇਣ ਮੂਰਤੀ ਦੀ ਧੀ ਸੀ ਜਿਹੜਾ ਕਿ IT ਦਾ ਬਾਦਸ਼ਾਹ ਮੰਨਿਆ ਜਾਂਦਾ ਹੈ। ਫਿਰ ਵੇਲਾ ਲੰਘਣ ਦੇ ਨਾਲ ਨਾਲ ਸਿਆਸਤ ਵਿੱਚ ਵੀ ਪੈਰ ਰੱਖਿਆ ਤੇ ਅਖੀਰ 2014 ਵਿੱਚ ਕੰਜ਼ਰਵੇਟਿਵ ਪਾਰਟੀ ਦੇ ਚੁਣਾਵ ਦੇ ਦੌਰਾਨ ਇਸ ਦਾ ਹਿੱਸਾ ਬਣੇ। ਫਿਰ ਅਗਲੇ ਸਾਲ 2015 ਵਾਲੇ ਇਲੈਕਸ਼ਨ ਵਿੱਚ 32.2% ਮੈਜੋਰਿਟੀ ਦੇ ਨਾਲ MP ਚੁਣੇ ਗਏ ਬਰਤਾਨੀਆ ਦੇ ਵਿੱਚ। ਇਹਨਾਂ ਦੇ ਕੰਮਾਂ ਨੂੰ ਵੇਖਦਿਆਂ 2017 ਵਿੱਚ ਜਦੋਂ ਦੁਬਾਰਾ ਇਲੈਕਸ਼ਨ ਹੋਇਆ ਤਾਂ ਇੱਕ ਵਾਰੀ ਫਿਰ MP ਚੁਣੇ ਗਏ ਤੇ ਇਸ ਵਾਰੀ ਪਿਛਲੀ ਵਾਰੀ ਤੋਂ ਜ਼ਿਆਦਾ ਲੋਕਾਂ ਨੇ ਇਹਨਾਂ ਤੇ ਇਤਮਾਦ ਕੀਤਾ 40.5%। 2018 ਵਿੱਚ ਫਿਰ ਪਾਰਲੀਮੈਂਟ ਦੇ ਅੰਡਰ ਸੈਕਟਰੀ ਚੁਣੇ ਗਏ ਤੇ ਸੰਨ 2019 ਵਾਲੇ ਇਲੈਕਸ਼ਨ ਵਿੱਚ ਇਹਨਾਂ ਦੀ ਪਾਪੂਲੈਰਿਟੀ ਇੰਨੀ ਵੱਧ ਗਈ ਸੀ ਕਿ ਲੋਕਾਂ ਨੇ ਬਹੁਤ ਜ਼ਿਆਦਾ ਇਤਮਾਦ ਕੀਤਾ। ਇਹਨਾਂ ਦਾ ਇਤਮਾਦ ਦਾ ਵੋਟ 47.2% ਤੇ ਪਹੁੰਚ ਗਿਆ। ਇਸੇ ਦੌਰਾਨ ਹੀ 24 ਜੁਲਾਈ 2019 ਨੂੰ ਬੋਰਿਸ ਜੌਨਸਨ ਬਰਤਾਨੀਆ ਦੇ ਨਵੇਂ ਪ੍ਰਾਈਮ ਮਿਨਿਸਟਰ ਬਣ ਗਏ ਤੇ ਇਹਨਾਂ ਦਾ ਤਾਲੁਕ ਵੀ ਕੰਜ਼ਰਵੇਟਿਵ ਪਾਰਟੀ ਨਾਲ ਹੀ ਸੀ। ਫਿਰ 13 ਫਰਵਰੀ 2020 ਨੂੰ ਰਿਸ਼ੀ ਸੁਨਾਕ ਨੂੰ ਚਾਂਸਲਰ ਆਫ ਐਕਸ ਚੱਕਰ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਰਿਸ਼ੀ ਸੁਨਾਕ ਜੀ ਨੇ ਆਪਣੀ ਖਿਦਮਾਤ ਜਾਰੀ ਰੱਖਦਿਆਂ ਹਾਲ ਵਿੱਚ ਹੀ ਬਰਤਾਨੀਆ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਦਾ ਅਹੁਦਾ ਛੱਡਣ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਵੱਲੋਂ ਹੀ ਉਹਨਾਂ ਦੀ ਥਾਂ ਹੀ ਪ੍ਰਾਈਮ ਮਿਨਿਸਟਰ ਦਾ ਇਲੈਕਸ਼ਨ ਲੜਿਆ ਤੇ ਇਸ ਦੌਰਾਨ ਉਹਨਾਂ ਦੇ ਮੱਦੇ ਮੁਕਾਬਲ ਪੈਨੀ ਮੋਲਡੰਟ ਨੇ ਆਪਣੇ ਆਪ ਨੂੰ ਰਿਸ਼ੀ ਸੁਨਾਕ ਦੇ ਹੱਕ ਵਿੱਚ ਦਸਤਬਰਦਾਰ ਕਰ ਲਿੱਤਾ ਤੇ ਇਸ ਕਰਕੇ ਰਿਸ਼ੀ ਸੁਨਾਕ ਜੀ ਬਿਲਾ ਮੁਕਾਬਲਾ ਹੀ ਬਰਤਾਨੀਆ ਦੇ ਨਵੇਂ ਪ੍ਰਾਈਮ ਮਿਨਿਸਟਰ ਬਣ ਗਏ ਤੇ ਹੁਣ ਅੱਜ ਦੇ ਮੌਜੂਦਾ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਉਹਨਾਂ ਆਪਣੀ ਖਿਦਮਤ ਦਾ ਆਗਾਜ਼ ਕਰ ਦਿੱਤਾ ਹੈ। ਹੁਣ ਅਸੀਂ ਤੁਹਾਨੂੰ ਅੱਜ ਦੇ ਰਿਸ਼ੀ ਸੁਨਾਕ ਦੇ ਬੈਕਗਰਾਊਂਡ ਦੇ ਬਾਰੇ ਵਿੱਚ ਵੀ ਦੱਸਦੇ ਜਾਈਏ ਇਸ ਡਾਕੂਮੈਂਟਰੀ ਵਿੱਚ। ਜੀ ਦੋਸਤੋ, ਰਿਸ਼ੀ ਸੁਨਾਕ ਦਾ ਤਾਲੁਕ ਪੰਜਾਬ ਦੀ ਖੱਤਰੀ ਬਰਾਦਰੀ ਨਾਲ ਹੈ। ਇਸ ਜ਼ਾਤ ਨਾਲ ਤਾਲੁਕ ਰੱਖਣ ਵਾਲੇ ਲੋਕ ਪੰਜਾਬ ਦੇ ਇਲਾਕੇ ਗੁਜਰਾਂਵਾਲਾ, ਸ਼ੇਖੂਪੁਰਾ, ਨਾਰੋਵਾਲ ਤੇ ਸਿਆਲਕੋਟ ਵਿੱਚ ਆਬਾਦ ਸਨ। ਪੰਜਾਬ ਦੀ ਵੰਡ ਵੇਲੇ ਭਾਰਤ ਚਲੇ ਗਏ ਤੇ ਰਿਸ਼ੀ ਸੁਨਾਕ ਦੇ ਦਾਦਾ ਰਾਮਦਾਸ ਸੁਨਾਕ ਜੀ ਪੰਜਾਬ ਦੀ ਵੰਡ ਤੋਂ 12 ਸਾਲ ਪਹਿਲਾਂ ਹੀ ਸੰਨ 1935 ਵਿੱਚ ਹੀ ਕੀਨੀਆ ਦੇ ਸ਼ਹਿਰ ਨੈਰੋਬੀ ਚਲੇ ਗਏ ਤੇ ਮੁਲਾਜ਼ਮਤ ਕੀਤੀ। ਰਾਮਦਾਸ ਸੁਨਾਕ ਤੇ ਸੁਹਾਗ ਰਾਣੀ ਜੀ ਦੇ 6 ਬੱਚੇ ਸਨ, ਜਿਨ੍ਹਾਂ ਵਿੱਚ 3 ਧੀਆਂ ਤੇ 3 ਪੁੱਤਰ ਸਨ। ਜਦਕਿ ਇਹ ਖਾਨਦਾਨ ਸੰਨ 1960 ਵਿੱਚ ਬਰਤਾਨੀਆ ਚਲਾ ਗਿਆ ਤੇ ਉੱਥੇ ਹੀ ਕਾਰੋਬਾਰ ਕੀਤਾ। ਪੰਜਾਬ ਦੀ ਵੰਡ ਵੇਲੇ ਖੱਤਰੀ ਜਾਤੀ ਦੀ ਅਕਸਰੀਅਤ ਦਿੱਲੀ ਜਾ ਵਸੀ, ਜਿੱਥੇ ਉਹਨਾਂ ਗੁਜਰਾਂਵਾਲਾ ਦੇ ਨਾਮ ਤੋਂ ਇੱਕ ਇਲਾਕਾ ਵਸਾਇਆ ਜੋ ਇਸ ਵੇਲੇ ਦਿੱਲੀ ਸ਼ਹਿਰ ਦਾ ਇੱਕ ਅਹਿਮ ਹਿੱਸਾ ਹੈ, ਜਿਹਨੂੰ ਗੁਜਰਾਂਵਾਲਾ ਦਿੱਲੀ ਵੀ ਆਖਿਆ ਜਾਂਦਾ ਹੈ। ਰਿਸ਼ੀ ਸੁਨਾਕ ਦੇ ਦਾਦਾ ਰਾਮਦਾਸ ਜੀ ਗੁਜਰਾਂਵਾਲਾ ਦੇ ਅੰਦਰੂਨ ਸ਼ਹਿਰ ਵਿੱਚ ਰਹਿੰਦੇ ਸਨ। ਉਸ ਵੇਲੇ ਸ਼ਹਿਰ ਦੀ ਆਬਾਦੀ ਜ਼ਿਆਦਾ ਨਹੀਂ ਸੀ, ਲਗਭਗ 85 ਜਾਂ 90 ਹਜ਼ਾਰ ਲੋਕ ਸਨ। ਉਸ ਵੇਲੇ ਗੁਜਰਾਂਵਾਲਾ ਸ਼ਹਿਰ 11 ਦਰਵਾਜ਼ਿਆਂ ਦੇ ਅੰਦਰ ਸੀ ਤੇ ਰਾਤ ਵੇਲੇ ਅਕਸਰ ਇਹ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸਨ। ਗੁਜਰਾਂਵਾਲਾ ਦੇ ਮਸ਼ਹੂਰ ਦਰਵਾਜ਼ਿਆਂ ਵਿੱਚ ਸਿਆਲਕੋਟੀ ਦਰਵਾਜ਼ਾ, ਲੋਰੀ ਦਰਵਾਜ਼ਾ, ਗੁਰਜਾਖੀ ਦਰਵਾਜ਼ਾ, ਏਮਨਾਬਾਦੀ ਦਰਵਾਜ਼ਾ, ਖਿਆਲ ਦਰਵਾਜ਼ਾ, ਸ਼ੇਰਾਂ ਵਾਲਾ ਦਰਵਾਜ਼ਾ, ਐਡਵਾਇਰ ਗੇਟ, ਠਾਕਰ ਸਿੰਘ ਗੇਟ ਤੇ ਹੋਰ ਵੀ ਸ਼ਾਮਿਲ ਸਨ। ਹੁਣ ਇਹਨਾਂ ਵਿੱਚੋਂ ਕੋਈ ਦਰਵਾਜ਼ਾ ਵੀ ਆਪਣੀ ਅਸਲੀ ਹਾਲਤ ਵਿੱਚ ਨਹੀਂ। ਖੱਤਰੀ ਬਰਾਦਰੀ ਦੇ ਲੋਕ ਸਿਆਲਕੋਟੀ ਦਰਵਾਜ਼ੇ ਅੰਦਰ ਥਾਣੇ ਵਾਲਾ ਬਾਜ਼ਾਰ,
ਭਾਬੜਾ ਵਾਲਾ ਬਾਜ਼ਾਰ ਤੇ ਉਹਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਆਬਾਦ ਸਨ ਤੇ ਰਿਸ਼ੀ ਸੁਨਾਕ ਜੀ ਦੇ ਪੁਰਖੇ ਵੀ ਇੱਥੇ ਹੀ ਆਬਾਦ ਸਨ। ਇਹ ਇਲਾਕਾ ਹੁਣ ਕਮਰਸ਼ੀਅਲ ਹੋ ਚੁੱਕਿਆ ਏ, ਜਿੱਥੇ ਹੁਣ ਪੁਰਾਣੀਆਂ ਬਿਲਡਿੰਗਾਂ ਤੇ ਘਰ ਢਾ ਕੇ ਮਾਰਕੀਟਾਂ ਤੇ ਸ਼ਾਪਿੰਗ ਮਾਲ ਉਸਰ ਗਏ ਨੇ। ਗੁਜਰਾਂਵਾਲਾ ਸ਼ਹਿਰ ਵਿੱਚ ਬਹੁਤ ਸਾਰੇ ਮੰਦਰ ਸਨ ਜਿਨ੍ਹਾਂ ਵਿੱਚੋਂ ਕੋਈ ਵੀ ਹੁਣ ਆਪਣੀ ਅਸਲੀ ਹਾਲਤ ਵਿੱਚ ਨਹੀਂ ਤੇ ਕਿਸੇ ਵੀ ਮੰਦਰ ਵਿੱਚ ਪੂਜਾ ਨਹੀਂ ਹੁੰਦੀ। ਬਹੁਤੇ ਮੰਦਰਾਂ ਵਿੱਚ ਉੱਜੜ ਕੇ ਆਏ ਹੋਏ ਲੋਕਾਂ ਨੇ ਰਿਹਾਇਸ਼ ਕਰ ਲਿੱਤੀ ਤੇ ਹੁਣ ਤੱਕ ਰਹਿ ਰਹੇ ਨੇ ਤੇ ਕੁਝ ਮੰਦਰ ਸਰਕਾਰ ਦੇ ਇਦਾਰੇ ਮਤਰੂਕਾ ਹਿੰਦੂ ਅਮਲਾਕ ਬੋਰਡ ਦੇ ਕਬਜ਼ੇ ਵਿੱਚ ਨੇ। ਦੋਸਤੋ, ਇੱਥੇ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਰਿਸ਼ੀ ਸੁਨਾਕ ਜੀ ਦੇ ਪੁਰਖੇ ਪੰਜਾਬ ਤੋਂ ਕੀਨੀਆ ਤੇ ਕੀਨੀਆ ਤੋਂ ਬਰਤਾਨੀਆ, ਇਸ ਲਈ ਰਿਸ਼ੀ ਸੁਨਾਕ ਜੀ ਖਾਸ ਪੰਜਾਬੀ ਨੇ, ਹਿੰਦੁਸਤਾਨੀ ਨਹੀਂ ਤੇ ਨਾ ਉਹਨਾਂ ਦੇ ਪੁਰਖੇ ਕਦੀ ਹਿੰਦੁਸਤਾਨ ਗਏ। ਜੀਓਗ੍ਰਾਫਿਕ ਪੰਜਾਬੀ ਅੱਜ ਦੀ ਵੀਡੀਓ ਖਿੰਝਦੀ ਲੱਗੀ, ਕਮੈਂਟ ਬਾਕਸ ਵਿੱਚ ਤੁਹਾਡੀ ਰਾਏ ਦਾ ਇੰਤਜ਼ਾਰ ਰਹੇਗਾ। ਜੀਓਗ੍ਰਾਫਿਕ ਪੰਜਾਬੀ ਦੁਨੀਆ 'ਚ ਵਸਦੇ ਸਮੂਹ ਪੰਜਾਬੀਆਂ ਦਾ ਮਾਲੂਮਾਤੀ ਚੈਨਲ।